ਸੂਬੇ ਅੰਦਰ ਬੇਸ਼ੱਕ ਸਰਕਾਰਾਂ ਕਰਜ਼ਾ ਮਾਫੀ ਦੇ ਦਾਅਵੇ ਕਰ ਰਹੀਆਂ ਨੇ ਪਰ ਹਕੀਕਤ ਵਿੱਚ ਕਿਸਾਨ ਅੱਜ ਵੀ ਕਰਜ਼ੇ ਦੀ ਮਾਰ ਹੇਠ ਦੱਬਿਆ ਹੋਇਆ ਹੈ ਜਿਸ ਦੇ ਚੱਲਦਿਆਂ ਕਈ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਇਸੇ ਤਰ੍ਹਾਂ ਦੀ ਤਾਜ਼ੀ ਘਟਨਾ ਫਿਰੋਜ਼ਪੁਰ ਦੇ ਪਿੰਡ ਬਸਤੀ ਨੱਥੂਵਾਲੀ ਵਿੱਚ ਵਾਪਰੀ ਹੈ ਜਿੱਥੋਂ ਦਾ ਕਿਸਾਨ ਰਸ਼ਪਾਲ ਸਿੰਘ ਉਮਰ ਕਰੀਬ 40 ਸਾਲ ਜੋ ਕਰਜ਼ੇ ਕਾਰਨ ਪਰੇਸ਼ਾਨ ਰਹਿੰਦਾ ਸੀ ਇਸੇ ਪਰੇਸ਼ਾਨੀ ਦੇ ਚੱਲਦਿਆਂ ਕਿਸਾਨ ਨੇ ਸਲਫਾਸ ਖਾ ਖੁਦਕੁਸ਼ੀ ਕਰ ਲਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਰਸ਼ਪਾਲ ਸਿੰਘ ਦੇ ਪੁੱਤਰ ਮਹਿਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸਿਰ 12 ਤੋਂ 13 ਲੱਖ ਰੁਪਏ ਦਾ ਉਹਨਾਂ ਸਿਰ ਕਰਜ਼ਾ ਸੀ ਜਿਸ ਨੂੰ ਲੈ ਕੇ ਉਸਦੇ ਪਿਤਾ ਅਕਸਰ ਹੀ ਪਰੇਸ਼ਾਨ ਰਹਿੰਦੇ ਸਨ ਅਤੇ ਇਸੇ ਪਰੇਸ਼ਾਨੀ ਦੇ ਚੱਲਦਿਆਂ ਜਦੋਂ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਤਾਂ ਪਿੱਛੋਂ ਉਹਨਾਂ ਨੇ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਦੂਸਰੇ ਪਾਸੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ASI ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਸ਼ਪਾਲ ਸਿੰਘ ਦੇ ਬੇਟੇ ਦੇ ਬਿਆਨਾਂ 'ਤੇ 174 ਦਾ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਨਾਮ ਦਇਆ ਸਿੰਘ ਹੈ ਜੀ। ਮੇਰੇ ਫਾਦਰ ਦਾ ਨਾਮ ਸਰਦਾਰ ਰਸ਼ਪਾਲ ਸਿੰਘ ਹੈ ਅਤੇ ਉਹਨਾਂ ਦੀ ਕੱਲ੍ਹ ਡੈਥ ਹੋ ਗਈ ਆ। ਉਹਨਾਂ ਨੇ ਉਹਨਾਂ ਦੇ ਸਿਰ 'ਤੇ ਕਰਜ਼ਾ ਬਹੁਤ ਜ਼ਿਆਦਾ ਸੀ, ਕੁਛ ਆੜ੍ਹਤੀਆਂ ਦਾ ਦੇਣ ਸੀ, ਕੁਛ ਬਾਜ਼ਾਰ ਦਾ ਲੈਣ ਦੇਣ ਸੀ ਅਤੇ ਉਹਦੇ ਕਰਕੇ ਬਹੁਤ ਜ਼ਿਆਦਾ ਸਟ੍ਰੈਸ ਵਿੱਚ ਰਹਿੰਦੇ ਸੀ ਅਤੇ ਅਸੀਂ ਪੁੱਛਦੇ ਵੀ ਸਾਂ ਵੀ ਤੁਹਾਨੂੰ ਕਿਸ ਚੀਜ਼ ਦਾ ਸਟ੍ਰੈਸ ਰਹਿੰਦਾ ਅਤੇ ਉਹ ਸਾਨੂੰ ਕੁਛ ਦੱਸਦੇ ਵੀ ਨਹੀਂ ਸੀ ਅਤੇ ਕੱਲ੍ਹ ਅਸੀਂ ਜਦੋਂ ਉਹਦੇ ਘਰ ਵਿੱਚ ਮੌਜੂਦ ਨਹੀਂ ਸੀ ਹੈਗੇ, ਉਹ ਇਕੱਲੇ ਮੌਜੂਦ ਸੀ, ਮੇਰੇ ਚਾਚਾ ਜੀ ਬਾਹਰ ਹਵੇਲੀ ਵਿੱਚ ਸਨ ਅਤੇ ਮੈਂ ਸ਼ਹਿਰ ਕਿਸੇ ਗਿਆ ਹੋਇਆ ਸੀ ਕੰਮਾਂ ਕਾਰਾਂ ਦੇ ਵਿੱਚ ਆਪਣੇ ਸਟੱਡੀ ਦੇ ਜਾਂ ਹੋਰ ਕੰਮ ਕਾਰ ਜਿਹੜੇ ਰਹਿੰਦੇ ਸੀ ਕਰਨ ਅਤੇ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਘਰੋਂ ਫੋਨ ਹੀ ਆਇਆ ਵੀ ਤੁਸੀਂ ਫਲਾਣੀ ਥਾਂ 'ਤੇ ਹੋਸਪਿਟਲ ਪਹੁੰਚ ਜਾਓ ਅਤੇ ਮੈਂ ਹੋਸਪਿਟਲ ਗਿਆ ਅਤੇ ਮੇਰੇ ਜਾਂਦੇ ਉਹ ਕਹਿੰਦੇ ਵੀ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਉਸ ਤੋਂ ਬਾਅਦ ਅਸੀਂ ਅਨਿਲ ਬਾਗੀ ਹੋਸਪਿਟਲ ਐਡਮਿਟ ਕੀਤਾ ਇਹਨਾਂ ਨੂੰ ਅਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਐਡਮਿਟ ਕੀਤਾ ਅਤੇ ਰਾਤ ਉਹਨਾਂ ਨੇ ਆਬਜ਼ਰਵੇਸ਼ਨ ਵਿੱਚ ਰੱਖਿਆ, ਇਲਾਜ ਕਰਦੇ ਰਹੇ ਅਤੇ ਉਹਨਾਂ ਨੇ 9:30 ਵਜੇ ਰਾਤ ਇਹਨਾਂ ਦੀ ਡੈਥ ਹੋ ਗਈ ਹੈ ਜੀ। ਕਿੰਨਾ ਕਰਜ਼ਾ ਸੀ ਅਤੇ ਕਿੰਨੀ ਉਮਰ ਸੀ? ਇਹਨਾਂ ਦੀ ਉਮਰ 57 ਸਾਲ ਸੀ। ਇਹਨਾਂ ਦੇ ਤਕਰੀਬਨ ਮੇਰੇ ਹਿਸਾਬ ਨਾਲ ਜ਼ਿਆਦਾ ਨੌਲੇਜ ਤਾਂ ਨਹੀਂ ਮੈਨੂੰ ਹੈਗੀ ਕਿਉਂਕਿ ਮੈਂ ਕੁਛ ਪੁੱਛਣਾ ਦੱਸ ਦਿਓ ਉਸਦੇ ਕੋਲ ਨਹੀਂ ਸੀ, 12 ਤੋਂ 13-14 ਲੱਖ ਦਾ ਕਰਜ਼ਾ ਹੋ ਸਕਦਾ ਅਤੇ ਬਾਜ਼ਾਰ ਦਾ ਲੈਣ ਦੇਣ ਵੀ ਹੋ ਸਕਦਾ ਜੀ। ਹੁਣ ਕੀ ਮੰਗ ਕਰਨੀ? ਬਸ ਕੀ ਮੰਗੇ ਜੀ, ਪਿਓ ਗਿਆ ਚਲਾ, ਮੈਂ ਕੀ ਮੰਗਾਂ ਦੱਸੋ, ਮੇਰੇ ਸਟ੍ਰੈਸ ਕਾਰਨ ਮੇਰਾ ਪਿਓ ਗਿਆ ਚਲਾ, ਮੇਰੀ ਸਾਰੀ ਦੁਨੀਆ ਉਜੜ ਗਈ, ਮੈਂ ਕੀ ਮੰਗਾਂ ਦੱਸੋ, ਕਿਹਦੇ ਕੋਲੋਂ ਮੰਗਾਂ ਦੱਸੋ। ਮੈਂ ਜੀ, ਮੇਰਾ ਨਾਮ ਸਤਨਾਮ ਸਿੰਘ ਹੈ ਜੀ ਔਰ ਮੈਂ ਪਿੰਡ ਕਾਕੋਲੇ ਤੋਂ ਬਿਲੋਂਗ ਕਰਦਾ ਜੀ। ਮੇਰੇ ਰਿਸ਼ਤੇਦਾਰੀ ਵਿੱਚ ਜੀਜਾ ਹੀ ਲੱਗਦੇ ਸੀ। ਕਾਫੀ ਦਿਨ ਪਹਿਲਾਂ ਮੈਂ ਇਹਨਾਂ ਨੂੰ ਮਿਲਿਆ ਸੀਗਾ ਅਤੇ ਟੈਨਸ਼ਨ ਦਿਮਾਗ 'ਤੇ ਰੱਖਦੇ ਸੀਗੇ ਅਤੇ ਜੇ ਪੁੱਛਣਾ ਬਸ ਕੁਛ ਨਹੀਂ ਜੇ ਬਾਅਦ 'ਚ ਹੁਣ ਪਤਾ ਲੱਗਿਆ ਕਹਿੰਦਾ ਮੈਨੂੰ ਥੋੜ੍ਹੇ ਦਿਨ ਹੋਇਆ ਮਿਲਿਆ ਸੀ, ਉਦੋਂ ਮੈਨੂੰ ਕਹਿੰਦੇ ਯਾਰ ਮੇਰੇ 'ਤੇ ਤਾਂ ਕਰਜ਼ਾ ਪਰੇਸ਼ਾਨ ਸੀਗਾ, ਜ਼ਮੀਨ ਵੀ ਹੈਗੀ ਸੀ 5 ਕਨਾਲਾਂ ਉਹ ਵੀ ਵੇਚੀ ਹੈ ਅਤੇ ਉਹ ਵੇਚ ਕੇ ਫਿਰ ਵੀ ਨਹੀਂ ਆਉਂਦਾ ਮੇਰਾ ਕਰਜ਼ਾ ਲੈਂਦਾ ਸੀਗਾ ਅਤੇ ਇਸ ਟੈਨਸ਼ਨ ਦੇ ਵਿੱਚ ਬਸ ਤੁਰਿਆ ਫਿਰਦਾ ਸੀਗਾ ਅਤੇ ਜਦੋਂ ਕੱਲ੍ਹ ਲਿਆਂਦਾ ਇਹਨੂੰ ਹੋਸਪਿਟਲ ਅਤੇ ਉੱਥੇ ਬਸ ਡੈਥ ਹੋ ਗਈ ਮੈਨੂੰ 10 ਵਜੇ। ਇਹ ਜੀ ਰਸ਼ਪਾਲ ਸਿੰਘ, ਪਿਤਾ ਨਾਂ ਦੇ ਜਗਤਾਰ ਸਿੰਘ ਹੈ, ਇਹ ਉਮਰ ਕਰੀਬ ਇਹਦੀ 55 ਸਾਲ ਹੈ ਅਤੇ ਇਹਦੇ ਨਾਲ ਕੋਈ ਦਿਮਾਗੀ ਟੈਨਸ਼ਨ ਸੀ ਕਰਜ਼ਾ ਲੈ ਕੇ, ਇਹਦੇ 'ਤੇ ਕਾਫੀ ਜ਼ਿਆਦਾ ਕਰਜ਼ਾ ਸੀ। 3 ਬੱਚੇ ਹੈ ਇਹਦੇ, ਇੱਕ ਵੱਡੀ ਲੜਕੀ ਦੇ ਨੇ ਸ਼ਾਦੀ ਕੀਤੀ ਹੈ ਅਤੇ ਕੁਝ ਮਕਾਨ ਮਕੂਨ ਬਣਾਇਆ ਸੀ ਉਹਦੇ ਕਰਕੇ ਕਰਜ਼ਾ ਇਹ ਕਾਫੀ ਚੜ ਗਿਆ ਅਤੇ ਉਹਦੇ ਚੱਲਦਾ ਇਹਨੂੰ ਕਾਫੀ ਜ਼ਿਆਦਾ ਟੈਨਸ਼ਨ ਸੀ। ਟੈਨਸ਼ਨ ਕਰਕੇ ਵੈਸੇ ਇਹਨੂੰ ਤੱਕ ਪਛਾਣ ਕਰਦਾ ਮੈਨੂੰ ਕੋਈ ਨਹੀਂ ਕੀਤਾ। ਰਾਤ ਅਸੀਂ ਉਹਦਾ ਬਿਆਨ ਵੀ ਲਿਖਿਆ ਸੀ ਜਦੋਂ ਠੀਕ ਸੀਗਾ, ਉਦੋਂ ਹਾਲਤ ਕੁਝ ਠੀਕ ਸੀਗੀ। ਉਹਨੇ ਆਪਣੇ ਬਿਆਨ 'ਚ ਹੀ ਲਿਖਾਇਆ ਸੀਗਾ ਕਿ ਮੇਰੇ 'ਤੇ ਕਰਜ਼ਾ ਹੋਣ ਕਰਕੇ ਨਾ ਮੈਨੂੰ ਦਿਮਾਗੀ ਟੈਨਸ਼ਨ ਰਹਿੰਦੀ, ਪਰ ਪੈਸਿਆਂ ਦੇ ਲੈਣ ਦੇਣ ਦੇ ਸੰਬੰਧ 'ਚ ਜਿਨ੍ਹਾਂ ਦਾ ਕਰਜ਼ਾ ਦੇਣਾ ਸੀ ਉਹਨਾਂ ਤੱਕ ਪਛਾਣ ਮੈਨੂੰ ਕਿਸੇ ਨੇ ਨਹੀਂ ਕੀਤਾ। ਪਰ ਮੈਨੂੰ ਆਪਣੇ ਤੌਰ 'ਤੇ ਦਿਮਾਗੀ ਟੈਨਸ਼ਨ ਸੀ ਕਿ ਮੈਂ ਕਰਜ਼ਾ ਇੰਨਾ ਉਤਾਰਾਂ ਕਿਵੇਂ, ਜਿਸ ਕਰਕੇ ਕਹਿੰਦਾ ਮੈਨੂੰ ਟੈਨਸ਼ਨ ਹੋਣ ਕਰਕੇ ਮੈਂ ਸਲਫਾਸ ਦੀ ਗੋਲੀਆਂ ਖਾ ਲਈਆਂ ਅਤੇ ਰਾਤ ਕੁਝ ਹਾਲਤ ਠੀਕ ਸੀ। ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਸੀ। ਬਸ 174 ਦੀ ਕਾਰਵਾਈ ਕਰ ਰਹੇ ਹਾਂ ਇਹਨਾਂ ਦੇ ਇਹਦੇ ਲੜਕੇ ਦੇ ਬਿਆਨ 'ਤੇ। ਰਾਤ ਉਹਦੇ ਬਿਆਨ 'ਚ ਵੀ ਇਹੀ ਸੀਗਾ ਕਿ ਵੀ ਮੈਨੂੰ ਤੰਗ ਪਛਾਣ ਕਿਸੇ ਨਹੀਂ ਕੀਤਾ, ਮੈਂ ਕਿਸੇ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦਾ ਅਤੇ ਇਹਦੇ ਲੜਕੇ ਦਾ ਵੀ ਇਹੀ ਬਿਆਨ ਹੈ ਕਿ ਅਸੀਂ ਸਾਨੂੰ ਕਿਸੇ ਨੇ ਤੰਗ ਪਛਾਣ ਨਹੀਂ ਕੀਤਾ, ਆਪਣੀ ਦਿਮਾਗੀ ਟੈਨਸ਼ਨ ਦੇ ਚੱਲਦਿਆਂ ਹੀ ਕਰਜ਼ਾ ਜ਼ਿਆਦਾ ਹੋਣ ਕਰਕੇ ਵੀ ਸੁਸਾਈਡ ਕੀਤਾ। ਮੇਰਾ ਨਾਮ ASI ਗੁਰਮੀਤ ਸਿੰਘ, ਥਾਣਾ ਸਦਰ।